ਲੈ ਭਾਈ ਮੈਂ ਨਹੀਂ ਖਾਣੀ ਮੈਂ ਤੁਹਾਨੂੰ ਕਿਹਾ ਵੀ ਸੀ ਚੱਲ ਚੱਲ ਆ ਭਲਾ ਬਾਹਰ ਤੁਸੀਂ ਮੈਨੂੰ ਖਾਣੇ ਦਾ ਕਹਿ ਕੇ ਆਏ ਹੋ ਮੈਂ ਤੈਨੂੰ ਖਾਣਾ ਚੱਲ ਆ ਵੀ ਜਾ ਹੁਣ ਰੋਣਾ ਨਾ ਪਾ ਖਾਏਂਗੀ ਤਾਂ ਤੈਨੂੰ ਪਤਾ ਲੱਗੇਗਾ ਕੀ ਮਜ਼ੇਦਾਰ ਆ ਉਹ ਖਾਏਂਗੀ ਤੈਨੂੰ ਪਤਾ ਲੱਗੇਗਾ ਹੁਣ ਮੈਂ ਨਹੀਂ ਖਾਣੀ ਤੁਹਾਨੂੰ ਪਤਾ ਵੀ ਮੈਨੂੰ ਨਹੀਂ ਚੰਗੀ ਨਾ ਬੋਲ ਨਹੀਂ ਨਾ ਹੁਣ ਇੱਧਰ ਚੱਲ ਆ ਇੱਧਰ ਬਾ ਅਜਾ ਬਹਿ ਜਾ ਉੱਥੇ ਕਰੋ ਤੁਸੀਂ ਮੈਨੂੰ ਹੋਟਲ ਦਾ ਕਹਿ ਕੇ ਨਿਕਲੇ ਸੀ ਉਹ ਤੈਨੂੰ ਅੱਛੇ ਹੋਟਲ 'ਤੇ ਲੈ ਗਿਆ ਤੈਨੂੰ ਮੈਂ ਕਦੀ ਜ਼ਿੰਦਗੈ 'ਚ ਅੱਛੀ ਚੀਜ਼ ਨਹੀਂ ਖਾਇਆ ਚੰਗੀ ਤੁਹਾਨੂੰ ਤੁਸੀਂ ਉਹਨੂੰ ਅੱਛੀ ਚੀਜ਼ ਖਵਾਉਣ ਡੇ ਉਹ ਚੱਲਦੇ ਰੋਡ 'ਤੇ ਬਿਠਾ ਦਿਓ ਓਏ ਇਹਨਾਂ ਦਾ ਮਜ਼ਾ ਹੀ ਆਪਣਾ ਵਾ ਹੋਟਲਾਂ 'ਚ ਐਡੇ ਐਡੇ ਵੱਡੇ ਹੋਟਲ ਨੇ ਕਿਸੇ ਕੰਮ ਦਾ ਖਾਣਾ ਪੀਣਾ ਨਹੀਂ ਹੁੰਦਾ ਹਲੀਮ ਖਾਏਗੀ ਤੇਰੇ 14 ਤਬਕ ਰੋਸ਼ਨ ਹੋ ਜਾਣੇ ਨੇ ਮੈਂ ਨਹੀਂ ਖਾਂਦੀ ਤੁਹਾਨੂੰ ਪਤਾ ਨਾ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਨਹੀਂ ਖਾਣੀ ਅੱਛਾ ਹੋਰ ਨਹੀਂ ਖਾਂਦੀ ਛੋਟੇ ਹੁੰਦੇ ਆ ਹਲੀਮ ਲੈਣ 'ਚ ਲੰਘ ਕੇ ਤੂੰ ਲੈਂਦੀ ਰਹੀ ਹੈ ਬਲਕਿ ਤੇਰੇ ਸਾਰੇ ਲੰਗਰ ਇਕੱਠਾ ਕਰਦੇ ਨੇ ਹਲੀਮ ਦਾ ਅਤੇ ਉਹ ਤਾਂ ਲੰਗਰ ਹੁੰਦਾ ਸੀ ਤਦ ਇਹ ਲੰਗਰ ਕਲਾਵੇ ਤੇ ਮੈਂ ਗਿਆ ਹਾਂ ਤੇ ਨੀਂ ਆਈ ਸੀ ਅਗਲੇ ਦਿਨ ਪਤਾ ਤੈਨੂੰ ਹਾਂ ਤੇ ਨਾਲ ਚਾਵਲ ਵੀ ਆਏ ਸੀ ਜੇ ਹਲੀਮ ਪਾਣੀ ਨਾ ਤਾਂ ਮੈਂ ਨਾਲ ਚਾਵਲ ਵੀ ਖਾਣੇ ਚਾਵਲ ਮਹਿੰਦੀ ਦੇ ਬੱਚੇ ਸਨ ਜਿਹੜੇ ਆਏ ਸਨ ਮੈਨੂੰ ਨਹੀਂ ਪਤਾ ਖਰਚ ਤੇ ਸੀ ਨਾ ਜਿਹਦੇ ਵੀ ਬੱਚੇ ਸਨ ਹਲੀਮ ਨਾਲ ਦਿਆਂ ਨੇ ਖਤਮ ਤੋਂ ਆਈ ਸੀ 11ਵੀਂ ਦਾ ਉਹਦੀ ਜੁਆਈ ਸੀ ਹਲੀਮ ਸਾਡੇ ਘਰ ਦੇ ਉਹ ਮੈਨੂੰ ਖਵਾਈ ਦੂਰੀ ਤੁਸੀਂ ਉਹ ਵੀ ਨਹੀਂ ਛੱਡੀ ਤੁਸੀਂ ਉਹ ਵੀ ਖਾਓ ਗਏ ਛਿੱਪੀਆਂ ਨਾ ਦੇ ਇੱਥੇ ਬੰਦੇ ਵੇਚਦੇ ਪਏ ਨੇ ਸਾਰੇ ਰੋਟੀ ਖਾਂਦੇ ਪਏ ਨੇ ਇਹਨਾਂ ਨੂੰ ਰੋਟੀ ਖਵਾਉਣ ਦੇ ਮੈਨੂੰ ਵੀ ਤਸੱਲੀ ਨਾ ਖਾਣ ਦੇ ਹਲੀਮ ਖਾਏਗਾ ਸਾਨੂੰ ਮਜ਼ਾ ਆਏਗਾ ਹਾਂ ਖਾ ਤੇ ਖਾ ਤੇ ਫਟ ਜਾ ਸਲਾਦ ਵੀ ਮੇਰਾ ਭਰਾ ਦਾ ਲਿਆ ਕੇ ਰੱਖ ਹੈ ਇਹ ਵੇਖੀ ਹੁਣ ਸਲਾਦ ਵੀ ਕਿੱਡੀ ਮਜ਼ੇਦਾਰ ਆਣੀ ਇੱਥੇ ਆਰਾਮ ਨਾਲ ਖਾ ਨਾ ਹਲੀਮ ਖਾਏਗੀ ਨਾ ਤੂੰ ਮੈਨੂੰ ਰੋਜ਼ ਕਹਿਣਾ ਕਿ ਚਲੋ ਹਲੀਮ ਖਾਣੇ ਤੂੰ ਇੱਥੇ ਟੇਸਟ ਕਰ ਤੈਨੂੰ ਪਤਾ ਲੱਗ ਜਾਣਾ ਮੈਂ ਕਹਿੰਦੀ ਹਾਂ ਪਾਣੀ ਮੰਗਾ ਲਿਆ ਇਹਦਾ ਡ੍ਰਿੰਕ ਦੇ ਉਹ 'ਤੇ ਚੱਲੀਏ ਕਿਸੇ ਅੱਛੇ ਹੋਟਲ 'ਤੇ ਜਾ ਪਾਣੀ ਮੰਗਾ ਲਿਆ ਨਾ ਹਾਂ ਇਹਦੀ ਡੁੱਬ ਮਰੀਏ ਦੋ ਹੀ ਕਿ ਨਾ ਤੂੰ ਮੇਰੀ ਕਦੀ ਜ਼ਿੰਦਗੀ 'ਚ ਗੱਲ ਮੰਨੀਏ ਨਾ ਮੇਰੇ ਤੂੰ ਖਵਾਹਿਸ਼ ਤੇਰੀ ਪੂਰੀ ਕੀਤੀ ਸਾਨੂੰ ਪਤਾ ਨਾ ਤੁਸੀਂ ਨਹੀਂ ਚੰਗੀ ਲੱਗਦੀ ਮੈਂ ਨਹੀਂ ਖਾਣੀ ਅੱਛਾ ਤੂੰ ਨਾ ਚੰਗੀ ਲੱਗਦੀ ਹੋਏ ਨਾ ਬੰਦੇ ਨੂੰ ਕੌੜਾ ਘੁੱਟ ਕਰਨਾ ਤੂੰ ਮੈਨੂੰ ਚੰਗੀ ਜ਼ਰਾ ਨਹੀਂ ਲੱਗਦੀ ਮੈਂ ਕੌੜਾ ਘੁੱਟ ਕਰ ਰਿਹਾ ਨਾ ਅੱਛਾ ਹਾਂ ਤੇਰੇ ਘੁੱਟ ਕਿਹੜੇ ਛੋਟੇ ਨੇ ਘੁੱਟ ਵੀ ਤਾਂ ਵੇ ਨਾ ਆਪਣੇ ਹਿਸਾਬ ਨਾਲ ਅਤੇ ਅੱਗੋਂ ਜਿਸ ਭਾਂਡੇ 'ਚ ਮੈਂ ਘੁੱਟ ਲਾਉਣਾ ਭਾਂਡਾ ਵੀ ਤਾਂ ਵੇ ਨਾ ਕਿੱਡਾ ਵਾ ਹਾਂ ਅਤੇ ਭਾਂਡੇ ਦਾ ਮੂੰਹ ਖੁੱਲ੍ਹਾ ਹੋਏ ਨਾ ਤਾਂ ਪੁੱਤੇ ਨੂੰ ਸ਼ਰਮ ਵੀ ਕਰਨੀ ਚਾਹੀਦੀ ਹੈ ਗੱਲ ਨਹੀਂ ਤੇਰੇ ਸਹੀ ਜਾਂਦਾ ਹਾਂ ਨਹੀਂ ਮੈਨੂੰ ਪਤਾ ਸ਼ਰਮ ਕਰਨੀ ਚਾਹੀਦੀ ਨਾ ਅਤੇ ਪੁੱਤੇ ਦੇ ਘਰ ਵਾਲੀ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ ਜੋ ਮਰਜ਼ੀ ਕਹਿ ਲਓ ਮੈਂ ਨਹੀਂ ਖਾਣ ਉਹ ਖਾ ਤਾਂ ਸਹੀ ਮੈਂ ਨਹੀਂ ਖਾਣ ਮੈਨੂੰ ਨਹੀਂ ਚੱਲ ਲਿਆ ਭਾਈ ਹਾਸ਼ਮ ਹਲੀਮ ਦੇ ਲਾਗੇ ਵਧੀਆ ਜੀ ਬੜੀ ਤਾਬੇਦਾਰ ਹੋਈ ਪਈ ਅੱਜ ਤੇ ਤੂੰ ਪਲੇਟ ਨੀ ਸੀ ਹੈਗੀ ਪਲੇਟ ਹੀ ਲਾ ਲਿਆ ਐਵੇਂ ਫਿਨੀ ਸਫਾਈ ਹੈ ਪਲੇਟਾਂ ਜਗ੍ਹਾ ਐ ਇਸਤੇਮਾਲ ਹੁੰਦਾ ਬਸ ਆ ਹੁਣ ਨਹੀਂ ਐਵੇਂ ਕਿੰਨਾ ਇੰਨਾ ਪ੍ਰੋਟੋਕੋਲ ਲੱਭਦਾ ਵੀ ਆਈ ਪੀ ਹੋਟਲ 'ਚ ਵੀ ਇੰਜ ਦਾ ਨਹੀਂ ਹੁੰਦਾ ਅੱਛੇ ਹੋਟਲ 'ਚ ਜਾਂਦੇ ਨਾ ਤੇ ਉਹਨਾਂ ਨੇ ਕਿੰਨਾ ਕੁਛ ਇੱਧਰ ਆ ਦੇਣਾ ਸੀ ਇਕੱਲੀ ਹਲੀ ਮੈਨੂੰ ਨਹੀਂ ਪਤਾ ਮੈਂ ਨਹੀਂ ਖਾਣੀ ਠੀਕ ਤੁਸੀਂ ਮੈਨੂੰ ਘਰੋਂ ਕਹਿ ਕੇ ਨਿਕਲ ਸੀ ਕਿ ਮੈਂ ਕੜਾਹੀ ਖਵਾਉਣਾ ਤੈਨੂੰ ਤੂੰ ਗਿਆ ਸੀ ਕੜਾਹੀ ਖਾਣੀ ਮੈਂ ਤੈਨੂੰ ਕਹਿੰਦੀ ਨਹੀਂ ਇੱਧਰ ਮੈਂ ਹਲੀਮ ਖਵਾਉਣਾ ਤੈਨੂੰ ਮਜ਼ਾ ਆਏਗਾ ਹਲੀਮ ਦਾ ਮੈਂ ਨਹੀਂ ਖਾਧੀ ਤੁਹਾਨੂੰ ਪਤਾ ਨਾ ਇਸ ਗੱਲ ਨਹੀਂ ਖਾਣੀ ਤੂੰ ਮੈਂ ਨਹੀਂ ਖਾ ਖਸਮਾਂ ਨੂੰ ਖਾ ਖਸਮ ਤਾਂ ਮੇਰਾ ਤੂੰ ਤੇ ਮੈਨੂੰ ਖਾ ਲਾ ਕੇ ਥੋੜ੍ਹਾ ਖਾਧੀ ਹੋਰ ਖਾ ਲਾ ਮੈਂ ਬੜਾ ਗੋਸ਼ਤ ਹੀ ਖਾਣੀ ਵੱਡਾ ਕੋਈ ਨਹੀਂ ਪਿਛਲੇ ਤੇਰੇ ਪਕਾਉਂਦੇ ਹੀ ਵੱਡਾ ਕੋਈ ਨਹੀਂ ਛੋਟਾ ਤੇ ਉਹਨਾਂ ਦੇ ਨਸੀਬ ਹੀ ਨਹੀਂ ਹੋਇਆ ਆ ਕਾ ਮੈਂ ਨਹੀਂ ਖਾਣੀ ਮੈਨੂੰ ਉਹ ਨਹੀਂ ਪਵਾਉਣੀ ਹੈ ਐਂਜ ਦੀ ਨਹੀਂ ਮੈਂ ਦੱਛੇ ਵਰਗੀ ਨਹੀਂ ਅੰਦਰ ਜਾਂਦੇ ਆ ਖਾ ਖਾ ਨਾਨ ਖਾ ਘਰ ਚੱਲ ਫਿਰ ਤੈਨੂੰ ਪੁੱਛਦੀ ਹਾਂ ਨੂੰ ਤੂੰ ਬਾਹਰ ਜਾ ਕੇ ਕਿਹੜਾ ਪੁੱਛਣਾ ਅੱਤੇ ਪੁੱਛਣਾ ਨਾਨ ਖਾ ਰਹੇ ਆ ਨਾ ਪਾ ਰਹੇ ਮੈਂ ਫੋਇੰ ਇਹ ਬੜਾ ਟੇਸਟੀ ਨਾਨ ਆ ਇਹ ਉਹ ਨਾਨ ਨਹੀਂ ਜਿਹੜਾ ਉਹ ਕਰਿਆ ਵੇ ਮੈਂ ਨਹੀਂ ਖਾਣੀ ਮੈਨੂੰ ਨਾਲ ਪੀਸ ਵੀ ਪਕਾ ਦਿਓ ਮੈਨੇਜਰ ਪਰ ਇਹ ਨਹੀਂ ਮੈਂ ਮੇਰੇ ਕੋਲ ਪੀਸ ਨਹੀਂ ਹੁੰਦਾ ਤੈਨੂੰ ਕਿੰਨੇ ਮੈਂ ਸਮਝਾਵਾਂ ਮੈਨੂੰ ਨਹੀਂ ਪਤਾ ਪਰ ਪੀਸ ਨਹੀਂ ਪਤਾ ਕਰੋ ਪੁੱਛੋ ਤੇ ਕਰੋ ਕੀ ਪੁੱਛਾਂ ਪੀਸ ਮੰਗਾ ਕੇ ਦਿਓ ਇਹ ਮੈਂ ਕੱਲੀ ਹਲੀਮ ਨਹੀਂ ਖਾਣੀ ਉਹਨੂੰ ਮੈਂ ਪੁੱਛਾਂ ਪੀਸ ਹੈ ਉਹ ਮੈਨੂੰ ਕਿ ਤੂੰ ਲੈ ਕੇ ਬੈਠਾ ਨਾਲ ਮੈਂ ਫਿਰ ਸ਼ਰਮਿੰਦਾ ਮੈਂ ਹੋਣਾ ਨਾ ਫਿਰ ਕਿ ਨਹੀਂ ਉਹਨੇ ਕਿਹਾ ਨਹੀਂ ਅੱਗੇ ਕਦੀ ਹੋਏ ਸ਼ਰਮਿੰਦਾ ਤੁਸੀਂ ਕਿਉਂ ਨਹੀਂ ਹੋਇਆ ਇੰਜੀਨੀਅਰਿੰਗ ਮੈਂ ਤੇਰੇ ਘਰ ਗਿਆ ਮੈਂ ਸ਼ਰਮਿੰਦਾ ਹੀ ਹੋਇਆ ਉੱਥੇ ਜਾ ਕੇ ਸ਼ਰਮ ਤਾਂ ਤੁਸੀਂ ਖਾ ਲਈ ਆ ਕੇ ਤੇ ਇੱਥੋਂ ਤੱਕ ਇਹ ਆਇਆ ਨਾ ਹਲੀਮ ਆ ਸ਼ਰਮ ਖਾ ਰਹੀ ਹੈ ਅੱਛਾ ਉਹਦੇ ਕੋਲ ਫਿਸ਼ ਪੁੱਛੋ ਹੈ ਵੀ ਤੇ ਉਹ ਮੰਗਾ ਦੇਖੋ ਉਹ ਨਹੀਂ ਮੈਂ ਇੱਥੇ ਫਿਸ਼ ਨਹੀਂ ਹੁੰਦੀ ਤੈਨੂੰ ਕਿਉਂ ਕੱਲ ਫਿਸ਼ ਵਾਲੀ ਹਲੀਮ ਕਦੇ ਸੁਣੀ ਹੋ ਮੈਂ ਹਲੀਮ ਨਹੀਂ ਖਾਂਦੀ ਮੈਂ ਫਿਸ਼ ਹੀ ਖਾਣੀ ਹਲੀਮ ਨਹੀਂ ਖਾਂਦੀ ਛੱਡਾ ਤੈਨੂੰ ਕੀ ਪੁੱਛ ਵੀ ਨਹੀਂ ਛੱਡਦੀ ਹੁਣ ਇਹ ਗੰਦ ਪਲਾ ਤੈਨੂੰ ਕੋ ਮੈਂ ਖਾਣ ਸ਼ੁਰੂ ਹੋ ਜਾਏਗੀ ਤੂੰ ਇਹ ਜੇ ਤੈਨੂੰ ਮੈਂ ਛੱਡ ਦਿੱਤਾ ਨਾ ਤੇ ਮੈਂ ਤੈਨੂੰ ਵੀ ਛੱਡ ਦੇਣਾ ਛਿੱਪੀਆਂ ਵਾਲੇ ਲੋਕ ਮੇਜ਼ਾਂ ਤੇ ਕੁਰਸੀਆਂ ਤੇ ਬੈਠੇ ਵੇਖਦੇ ਪਏ ਨੇ ਮੇਜ਼ਾਂ ਤੇ ਫੀਲ ਨਹੀਂ ਹੋਈ ਇਹਨਾਂ ਕੁਰਸੀਆਂ ਤੇ ਬਹਿ ਕੇ ਲੋਕ ਰੋਟੀ ਖਾਂਦੇ ਨੇ ਤਰੀ ਤੇ ਬਹਿ ਕੇ ਨਹੀਂ ਖਾਂਦੇ ਨੇ ਤੈਨੂੰ ਕਿਸੇ ਨੂੰ ਪਤਾ ਨਾ ਆਊਟਿੰਗ ਤੇ ਲੈਣ ਦਾ ਤੇ ਹੁਣ ਤੂੰ ਐ ਪਰ
ਲਾ ਇਹ ਕਿਹੜੀ ਆਊਟਿੰਗ ਹੈ ਯਾਰ ਹਲੀਮ ਬੋਏ ਇਹ ਆਊਟਿੰਗ ਤੇ ਲੈ ਕੇ ਆਏ ਤੇ ਦੋਬਾਰਾ ਡਿਨਰ ਤੇ ਲੈ ਕੇ ਆਏ ਲੰਚ ਤੇ ਲੈ ਕੇ ਆਏ ਨਹੀਂ ਤੇ ਜਦੋਂ ਰਾਹ ਜਾਂਦੇ ਆ ਰੇੜੀ ਤੇ ਖਲੋ ਕੇ ਕਹਿੰਦੀ ਇਹ ਚੀਜ਼ ਤੇ ਪੈ ਦਿਓ ਮੈਂ ਇਹ ਚੀਜ਼ ਲੈਣੀ ਹੈ ਉਦੋਂ ਤੈਨੂੰ ਕੀ ਹੁੰਦਾ ਉਹ ਰੇੜੀ ਹੁੰਦੀ ਉੱਥੇ ਕਿਹੜਾ ਸਾਨੂੰ ਬਹਿ ਕੇ ਖਾਣਾ ਪੈਂਦਾ ਮੇਰੀ ਗੱਲ ਸੁਣੋ ਉਹਦੇ ਕੋਲ ਕੁਛ ਚਿਕਨ ਪਕੌੜਾ ਹੈ ਤੇ ਉਹ ਮੰਗਾ ਕੇ ਦਿਓ ਐਨੇ ਮੰਗਾ ਲੈ ਚਿਕਨ ਪਕੌੜਾ ਇੱਥੋਂ ਕਿਤੋਂ ਲੱਭਦਾ ਪਾਗਲ ਹੋ ਗਈ ਤੂੰ ਚਿਕਨ ਪਕੌੜਾ ਮੈਨੂੰ ਨਹੀਂ ਪਤਾ ਮੈਂ ਨਹੀਂ ਮੰਗਾ ਰਹੀ ਤੈਨੂੰ ਮੈਂ ਕਿਹਾ ਜਾਂ ਮੇਰੇ ਨਾਲ ਕਿਉਂ ਮੰਗਾ ਲਈ ਤੁਹਾਨੂੰ ਅਸੀਂ 50 ਰੁਪਏ ਦੀ ਮੰਗਾਉਣਾ ਸਿਰਫ ਆਪਣੇ ਵਾਸਤੇ ਲੈ 50 ਰੁਪਏ ਦੀ ਕਿਉਂ ਮੰਗਾਵਾ 350 ਰੁਪਏ ਦੀ ਪਲੇਟ ਹੈ ਇਹਦੀ 50 ਰੁਪਏ ਦੀ ਮੰਗਾਵਾ 50 ਨਹੀਂ ਦਿੰਦੇ ਐਨੀ ਕੁ ਜਿੰਨੀ ਮੰਗਾ ਲੈਣੀ ਸੀ ਤੁਹਾਡੇ ਨਹੀਂ ਪੜੀ ਸੀ ਉਹ 50 ਦੀ ਨਾਨ ਤੁਸੀਂ ਨਾ ਕੇ 8 ਨਾਨ ਖਾ ਲੈਣੇ 50 ਅੱਛਾ ਜੀ 8 ਨਾਨ ਖਾ ਲੈਣੇ ਸੀਗੇ ਉਹ 50 ਰੁਪਏ ਦੀ ਨਹੀਂ ਦਿੰਦੇ ਚਪੇੜਾ ਮਾਰਦੇ ਆ ਨਾਲ ਆ ਤੇ ਤੁਸੀਂ 50 ਉਹਨੂੰ ਹੱਥੋਂ ਦੇ ਦੇਣਾ 150 ਦੀਆਂ ਚਪੇੜਾ ਖਾ ਲੈਣਾ ਸਾੜ ਫੂਕਾਂ ਤੋਂ ਦੂਰ ਉਹਦੇ ਨਾਲ ਰਮੀ ਬਾਈ ਬਾਹਰ ਆ ਗਏ ਜਦੋਂ ਆਊਟਿੰਗ ਦਾ ਤੈਨੂੰ ਮੈਂ ਆ ਚੰਗੀ ਆਊਟ ਇਹ ਆਊਟਿੰਗ ਕਰਾ ਰਹੇ ਹੋ ਤੁਸੀਂ ਮੈਨੂੰ ਨਹੀਂ ਪਤਾ ਇਸ ਆਊਟਿੰਗ ਦੇ ਆ ਹੋਰ ਤੈਨੂੰ ਇੱਕ ਕਬਰਸਤਾਨ ਲੈ ਕੇ ਆਇਆ ਵਾ ਇਹਨਾਂ ਨੂੰ ਤਾਂ ਕਬਰਸਤਾਨ ਲੈ ਜਾਂਦੇ ਮੈਨੂੰ ਤੂੰ ਮੇਰੇ ਨਾਲ ਖਾਈ ਜਾ ਖਾਈ ਜਾ ਜਿਹੜੇ ਕੰਮ ਆਇਆ ਖਾਈ ਜਾ ਵਾ ਤੇ ਦੁਨੀਆ ਦਾ ਕੰਮ ਹੀ ਕੋਈ ਨਹੀਂ ਆ ਯਾਰ ਆਣਨੇ ਆ ਕਾਣਨੇ ਆ ਮੈਨੂੰ ਖਾਣਾ ਤੇ ਥੋੜੇ ਆ ਜੇ ਮੈਂ ਅੰਦੀ ਗਾ ਨਹੀਂ ਤਾਂ ਕੀ ਹੋਇਆ ਕੋਣ ਖਾ ਰਹੇ ਇਹ ਕਿਹਾ ਕਰ ਮੇਰੀਆਂ ਬੋਟੀਆਂ ਤੋੜ ਤੋੜ ਕੇ ਖਾਣ ਵਾਲੇ ਕਿੱਡੀਆਂ ਤੇਰੀਆਂ ਬੋਟੀਆਂ ਨੇ ਨਾ ਉਹ ਪੈ ਕਰ ਮੇਰੀਆਂ ਬੋਟੀਆਂ ਤੋੜ ਤੋੜ ਖਾਣ ਅਖਾਓ ਜਾਣ ਤੈਨੂੰ ਕਸਮ ਆ ਖਾ ਲਾ ਆ ਵੇ ਇੰਨਾ ਪਿਆਰ ਨਹੀਂ ਕਰਦੀ ਉਹਦਾ ਹਾਂ ਆ ਵੇ ਸਦਾ ਹੀ ਦੀ ਟੱਡ ਨਹੀਂ ਆ ਵੇ ਆ ਕਿਧਰ ਲੱਭਦਾ ਵਾ ਚਿਕਨ ਦਾ ਨਾ ਚਿਕਨ ਦਾ ਫੋਨ ਬਣਦਾ ਵਾ ਜਿੰਨਾ ਤੂੰ ਮੇਰਾ ਸਾੜਿਆ ਨਾ ਮੈਨੂੰ ਖਾਣ ਮੈਂ ਕਦੀ ਤੇਰਾ ਹੱਕ ਕਰਦਾ ਅੱਜ ਤੱਕ ਕਿ ਨਹੀਂ ਮੈਂ ਤੈਨੂੰ ਨਿਕਾਹ ਤੁਸੀਂ ਹੱਕ ਮੈਂ ਮੌਕੇ ਦੇ ਦਿੱਤਾ ਸੀ ਸਾਰਾ ਮੈਂ ਹੱਕ ਉੱਥੇ ਵੀ ਨਹੀਂ ਤੇਰਾ ਰੱਖਿਆ ਜਿਹੜਾ ਨਿਕਾਹ ਜਿਹਨੇ ਨਾਲ ਲਿਖ ਕੇ ਦਿੱਤਾ ਵਾ ਮੈਂ ਉਹ ਹੱਕ ਵੈਰ ਦਿੱਤਾ ਸੀ 200 ਰੁਪਈਆ ਤੂੰ ਮੈਨੂੰ ਉਹ 200 ਰੁਪਇਆ ਮੇਰੇ ਕੋਲ ਚਪੇੜਾ ਨਾ ਖਾ ਲਈਏ 200 ਰੁਪਈਆ 5 ਤੋਂ ਜ਼ੇਵਰ ਲਿਆ ਸੀਗਾ ਤੂੰ ਹਾਂ ਹਾਂ ਦੋ ਲੱਖ ਰੁਪਇਆ ਮੌਕੇ ਤੇ ਦਿੱਤਾ ਸੀ ਮੈਂ ਤੈਨੂੰ ਆਹੋ ਤੇ ਪਤਾ ਹੀ ਨਾ ਮੈਨੂੰ ਰੋਟੀ ਖਾਣ ਦੇ ਮੈਨੂੰ ਆਵਾਜ਼ ਆਰ ਨਾ ਕਰ ਆਹ ਨਾਲ ਮੇਰਾ ਮੂਡ ਆਫ ਨਾ ਕਰ ਹੋਟਲਾਂ ਨਾਲ ਮੈਨੂੰ ਬੜਾ ਅੱਛਾ ਕੰਮ ਆ ਤੈਨੂੰ ਪਤਾ ਹੀ ਨਹੀਂ ਤੂੰ ਕਦੀ ਖਾਧਾ ਹੋਵੇ ਤਾਂ ਤੈਨੂੰ ਪਤਾ ਹੋਵੇ ਨਾ ਅੱਛਾ ਚਲੋ ਮੈਨੂੰ ਬਰਗਰ ਮੰਗਾ ਦਿਓ ਫਿਰ ਮੈਂ ਨਹੀਂ ਪੜ ਆਹ ਖਾ ਫਿਰ ਤੈਨੂੰ ਮੈਂ ਬਰਗਰ ਉੱਥੋਂ ਲੈ ਕੇ ਦਿਆਂਗਾ ਇੱਥੇ ਬਰਗਰ ਨਹੀਂ ਹੁੰਦਾ ਮੈਂ ਇੱਥੋਂ ਹੀ ਖਾਣਾ ਇੱਥੇ ਹੀ ਲੈ ਕੇ ਦੇ ਮੈਨੂੰ ਨਾ ਤੇਰੇ ਉਹ ਨਹੀਂ ਤੂੰ ਤਾਂ ਜਿਹੜੇ ਚੰਗੇ ਜਨਾਬ ਮੈਂ ਤੈਨੂੰ ਦੱਸਦਾ ਮੈਂ ਨਹੀਂ ਹੂੰ ਮੈਂ ਬਰਗਰ ਖਾਣਾ ਨਹੀਂ ਤਾਂ ਮੈਂ ਉੱਥੇ ਸੜਕ ਤੇ ਬਹਿ ਕੇ ਨਾ ਤੇ ਮੈਂ ਨਹੀਂ ਘੁੰਮਣ ਲੱਗ ਪੜਾ ਪਰ ਯਾਰ ਤੈਨੂੰ ਇਹ ਨਹੀਂ ਪਤਾ ਹਲੀਮ ਨੂੰ ਵੀ ਬੜਾ ਕੁਝ ਪੈਂਦਾ ਕੀ ਪੈਂਦਾ ਅਸੀਂ ਚਿਕਨ ਪੈਂਦਾ ਜਾਂ ਮਟਨ ਪੈਂਦਾ ਅਸੀਂ ਜ਼ਾਫਰਾਨ ਪੈਂਦਾ ਅਸੀਂ ਬਦਾਮ ਪਾਉਂਦੇ ਆ ਅਸੀਂ ਕਾਜੂ ਪਾਉਂਦੇ ਆ ਅਸੀਂ ਪਿਸਤਾ ਪਾਉਂਦੇ ਆ ਕਾਲੀਆਂ ਮਿਰਚਾਂ ਹੁੰਦੀਆਂ ਨੇ 12 ਮਸਾਲੇ ਹੁੰਦੇ ਨੇ ਅੱਛਾ ਘਾ ਐਡੀ ਮਜ਼ੇ ਦਾ ਬਣੀ ਤੂੰ ਤੇ ਕਦੀ ਘਰ ਨਹੀਂ ਹਰਾਮ ਮੇਰੇ ਘਰ ਚੰਗੀ ਹਾਂਡੀ ਪਕਾਈ ਹੋਵੇ ਤੈਨੂੰ ਕੀ ਪਤਾ ਹਾਂ ਮੇਰੀ ਚੰਗੀ ਹਾਂਡੀ ਨਹੀਂ ਹੁੰਦੀ ਆਈ ਥੋਕ ਮੈਂ ਖਾਸ ਸਿਰ ਤੇ ਨਹੀਂ ਬਣਾਈ ਮਾਰ ਤੇ ਤੇ ਆਪਣਾ ਆਪਣੇ ਸਮੇ ਆਵੇ ਤੇ ਸਹੀ ਬੀਨ ਸੀ ਮੈਂ ਨਹੀਂ ਮੈਂ ਖਾਣਾ ਹੁਣ ਮੈਨੂੰ ਇਹਨਾਂ ਦਾ ਹਿਰਨ ਉਤਾਰ ਰਿਹਾ ਉਹਦਾ ਸਵਾਦ ਆ ਰਿਹਾ ਹਾਂ ਹਿਰਨ ਹਿਰਨ ਸਾਬਤ ਹਿਰਨ ਖਾ ਜਾ ਸਾਬਤ ਹਿਰਨ ਖਾ ਜਾ ਮੈਨੂੰ ਨਜ਼ਰ ਨਾ ਲਈ ਆਪ ਤੂੰ ਆਣ ਨਹੀਂ ਦੇ ਮੇਰੇ ਤੇ ਜਿਹੜੇ ਪੇ ਹੋਣੇ ਨੇ ਤੇ ਆ ਰੇ ਨਹੀਂ ਪਈਆਂ ਤੋਂ ਉਹ ਚਲੋ ਜੀ ਮੈਂ ਚਲੋ ਇਹਨਾਂ ਹਾਰਾ ਮੈਂ ਨਹੀਂ ਹਟ ਦੇ ਨਹੀਂ ਫ੍ਰੀ ਲਰਨਿੰਗ ਸੀ ਟਾਕ ਵੈਰ ਹਾਂ ਉਹਨਾਂ ਪਕੋੜਾ ਹਣਿੰਗ ਹਾਂ ਬਰਗਰ ਨਹੀਂ ਹਾਂ ਭਰਾ ਤੇ ਹਲੀਮੇ ਤੇ ਆਈ ਕਿਉਂ ਹਾਰ ਗਿਆ ਤੈਨੂੰ ਖਵਾਉਣਾ ਇਹ ਸਾਰਾ ਕੁਛ ਹਲੀਮੇ ਤੇ ਲੱਭਦਾ ਪੈਂਦੇ ਮਰੇ ਨੇ ਬੰਦੇ ਕਮਾਉਂਦੇ ਨਹੀਂ ਬੰਦੇ ਕਾਹਦੇ ਨਹੀਂ ਹੁੰਦੇ ਨੇ ਕੁੜੀਆਂ ਨੂੰ ਖਵਾਉਣ ਲਈ ਕਮਾਉਂਦੇ ਨੇ ਹੋਲੀ ਕੋਲ ਬੰਦੇ ਵੇਖਣ ਨੇ ਤੈਨੂੰ ਕਿਉਂ ਨਹੀਂ ਸਮਝ ਆਉਂਦੇ ਨਾ ਨਾ ਤੈਨੂੰ ਸਮਝ ਆਉਂਦੇ ਤੈਨੂੰ ਨਾ ਨਾ ਮੇਰੇ ਕੋਲ ਤਮਾਸ਼ਾ ਨਾ ਮੇਰੇ ਕੋਲ ਤਮਾਸ਼ਾ ਨਾ ਖਵਾਉਣੀ ਹੈ ਪਿੱਛੇ ਨਹੀਂ ਮਨ ਵਿੱਚ ਹੀ ਰਹਿੰਦਾ ਤੈਨੂੰ ਸ਼ਰਮ ਹੀ ਆਈ ਨਹੀਂ ਹੈਗੀ ਤਮਾਸ਼ਾ ਨਾ ਲਵਾ ਲਈ ਮੇਰੇ ਤਮਾਸ਼ਾ ਨਾ ਲਵਾ ਲਈ ਬੰਦਾਂ ਨੂੰ ਜਾਣਦੀ ਹੈ ਤੂੰ ਤਮਾਸ਼ਾ ਲਈ ਰਿਆਨ ਨੇ ਜਾਣ ਨਹੀਂ ਰਿਛ ਲਈ ਫਿਰ ਰਹੀ ਆ ਅੱਲੇ ਚ ਲਈ ਫਿਰ ਰਹੀ ਹੈ ਬੰਦਾ ਫਿਰ ਮੈਂ ਹਾਂ ਕਰੀ ਜਾਂਦਾ ਵਾ ਤਮਾਸ਼ਾ ਲਾਇਆ ਪੈਸੇ ਇਕੱਠੇ ਹੋ ਜਾਣਗੇ ਤੇਰੇ ਕੋਲ ਹਾਂ ਜਿਹੜੇ ਕੰਮ ਆਏ ਹੋ ਖਾਣੀਗਾ ਮੈਂ ਤੈਨੂੰ ਪਤਾ ਤੇਰੇ ਬਗੈਰ ਮੈਨੂੰ ਅੰਤਰ ਫੋਰ ਦੀ ਨਹੀਂ ਨਵੇਂ ਦਿਨ ਜਾ ਰਹਾ ਤੈਨ ਚਲ ਸਾਡਾ ਚਲੋ ਤੁਹਾਡੇ ਗੈਂਡ ਤੁਮ ਥੋੜੀ ਜਿਹੀ ਦਿਖਾ ਹਾਂ ਬਹੁਤ ਆ ਪਹਿਲੇ ਮੈਂ ਫੇਟ ਹੋਰ ਕੇ ਤੁਹਾਨੂੰ ਪਾਵਾਂਗੇ ਨਹੀਂ ਕਿਉਂ ਆਪੇ ਖਾਣਾ ਉਸ ਬੰਦੇ ਵੇਖਦੇ ਪੈਣ ਕਿਹੜਾ ਹੋਟਲ ਆ ਸਮਝਿਆ ਵੀ ਗੱਲ ਕੋ ਗੱਲ ਪਿੱਛੇ ਉਹਦਾ ਵੀ ਧਿਆਨ ਆ ਕਿਦਾਂ ਬੰਦੇ ਵੀ ਵੇਖਦੇ ਪੈਣ ਇਹ ਤੂੰ ਮੇਰੇ ਧਿਆਨ ਰੱਖ ਲੈ ਇਹਨਾਂ ਦਾ ਧਿਆਨ ਰੱਖ ਲੈ ਮੈਂ ਤੇਰਾ ਧਿਆਨ ਨਹੀਂ ਰੱਖਦਾ ਲੋਕ ਤੈਨੂੰ ਵੇਖਣ ਦੇ ਨੇ ਇਹਨੇ ਮੈਨੂੰ ਦਲੀਲ ਮੇਰਾ ਧਿਆਨ ਤੇ ਮੇਰਾ ਧਿਆਨ ਕਿੰਨੇ ਰੱਖਣਾ ਕੌਣ ਮੇਰਾ ਮਜਾਜੀ ਖੁਦਾ ਕੌਣ ਹੈ ਮੇਰਾ ਅਤੇ ਫਿਰ ਧਿਆਨ ਕਿੰਨੇ ਰੱਖਣਾ ਤੇਰਾ ਤੇ ਧਿਆਨ ਰੋਟੀ ਵਾਲੇ ਪਾਸੇ ਚ ਵੀ ਘੱਟੇ ਮੇਰਾ ਰੋਟੀ ਵਾਲੇ ਪਾਸੇ ਝੂਨੇ ਰਿਹਾ ਮੈਂ ਹੁੰਦਾ ਤੇਰਾ ਮੇਰਾ ਰੋਟੀ ਵਾਲੇ ਧਿਆਨ ਰੋਟੀ ਦਾ ਤੇ ਹੈ ਨਹੀਂ ਨਾ ਨਾ ਮੇਰਾ ਧਿਆਨ ਹਲੀਮ ਵਾਲਾ ਏਡਾ ਤੂੰ ਹਲੀਮ ਖਾਨ ਹਲੀਮ ਖਾਨ ਮੈਂ ਤੈਨੂੰ ਕਹਿਣ ਦਿਆ ਨਹੀਂ ਖਾਣਾ ਨਹੀਂ ਤੈਨੂੰ ਪਤਾ ਨਹੀਂ ਆਉਂਦਾ ਨਹੀਂ ਮੰਨੀ ਆ ਬਾਂਦਰੀ ਕਹਿ ਜਾਵੇ ਹਲੀਮ ਦਾ ਸਵਾਦ ਹਾਂਜੀ ਹਾਂਜੀ ਅੱਗੋਂ ਕਹਿ ਦੇ ਤੂੰ ਖਾ ਲੈ ਮੈਂ ਕੀ ਕਹਾਂ ਮੈਂ ਕਿਉਂ ਕਹਾਂ ਜੋਰ ਬੰਦੇ ਵੇਖ ਰਹੇ ਨੇ ਤਾਂ ਘਰ ਰੋਟੀ ਨੀ ਖਾਣ ਘਰ ਪੁੱਛਣੀ ਟਾਈਮ ਨਾਲ ਜੇ ਬਾਹਰ ਮੈਂ ਕਿਤੇ ਲੈ ਆਇਆ ਤੈਨੂੰ ਉਹ ਕਹਿੰਦੇ ਸੀ ਕੁਛ ਹੋਰ ਚੀਜ਼ ਖਵਾ ਕੁਛ ਹੁਣ ਤੇ ਲੈ ਗਿਆ ਹੁਣ ਤੈਨੂੰ ਆਵਾਜ਼ ਆ ਰਹੀ ਹੁਣ ਤਾਂ
ਤੁਹਾਨੂੰ ਮੈਂ ਕਿਹਾ ਸੀ ਮਸ਼ਹੂਰ ਕੜਾਹੀ ਖਵਾਓ ਮੈਨੂੰ, ਮੈਂ ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਹਲੀਮ 'ਤੇ ਲੈ ਆਓ ਮੈਨੂੰ ਕੜਾਹੀ ਬਣਾਇਓ। ਕਿਹੜੀ ਮੰਗਾਵਾਂ, ਸੁਨੇ ਵਾਲੀ ਕੁੰਨੇ ਵਾਲੀ ਲੈਣੀ, ਕੁੰਨੇ ਵਾਲੀ ਕੜਾਹੀ ਲੈਣੀ? ਪਾਣੀ ਹੀ ਮੈਂ ਲੋਹੇ ਦੀ ਹੁੰਦੀ, ਖਾਏਗੀ ਪਾਗਲ ਨਾ, ਜਵਾਈ ਨਹੀਂ ਜਾਣੀ ਤੇਰੇ ਕੋਲ, ਮੈਂ ਨਹੀਂ ਜਾਂਦਾ ਤੇਰੇ ਦੰਦ ਟੁੱਟ ਜਾਂਦੇ, ਤੈਨੂੰ ਲੋਹੇ ਵਾਲੀ ਕੜਾਹੀ ਖਵਾਓ ਮੈਂ। ਅੱਛਾ ਜਾਂ ਮੈਂ ਨਾ ਤੇਰਾ ਖਰਚਾ ਘੱਟ ਜਾਏ, ਇਨਸਾਨਾਂ ਤਰ੍ਹਾਂ ਖਾਈ ਦੀ, ਇਨਸਾਨਾਂ ਤਰ੍ਹਾਂ ਖਾਈ ਤੂੰ ਇਨਸਾਨ ਆ ਇਨਸਾਨ ਹੈ ਅਤੇ ਹੋਰ ਕੀ ਤੈਨੂੰ ਕੀ ਲੱਗ ਰਹੀ ਹੈ ਲੋੜ ਨਹੀਂ, ਤੁਸੀਂ ਖਾਓ ਹਰੀਆਂ ਮਿਰਚਾਂ, ਪੈਟਰੋਲ ਪਵਾਉਣ ਦੀ ਜ਼ਰੂਰਤ ਨਹੀਂ ਪਏਗੀ ਗੱਡੀ 'ਚ, ਤੈਨੂੰ ਸਪੀਡ ਹੀ ਜਾਓ ਲਾਹੌਰ, ਹਾਂ ਤੈਨੂੰ ਮੋਢਿਆਂ ਤੋਂ ਪਾਵਾਂਗਾ ਹੈ ਨਾ, ਕਿਹਨੂੰ ਤੈਨੂੰ ਨਾਲ ਹੀ ਜਾਣਾ ਤੂੰ ਮੇਰੇ ਗੱਡੀ 'ਤੇ ਇੱਥੇ ਖਾ, ਮੈਂ ਤੈਨੂੰ ਕਹਿਣ ਡਿਆ ਮੈਨੂੰ ਬਹੁਤਾ ਟਾਈਮ ਲਾਇਆ ਨਾ, ਫਿਰ ਮੇਰੇ ਕੋਲ ਚਪੇੜਾਂ ਵੱਜਣਗੀਆਂ ਤੈਨੂੰ ਇਸ ਆਲੇ ਦੁਆਲੇ ਤਮਾਸ਼ਾ ਨਾ ਵੇਖਦੇ ਹੁੰਦੇ ਤਾਂ ਤੈਨੂੰ ਮੈਂ ਦੱਸ, ਜੇ ਬੰਦੇ ਨਾ ਵੇਖਦੇ ਹੋ ਕਹਿੰਦੇ ਤੈਨੂੰ ਮੈਂ ਦੋ ਤਿੰਨ ਚਪੇੜਾਂ ਉੱਟ ਗਏ ਨਾ, ਮੈਂ ਕਿਹੜੇ ਲਾੜੀਆਂ ਸੀ, ਕਿੰਨੇ ਲਾੜੀਆਂ ਸੀ, ਮੇਰਾ ਮੈਨੂੰ ਖਿਲਾਈ, ਮੇਰਾ ਮੋਨੋ ਖਿਲਾਈ ਯਾਰ, ਤੇਰੇ ਕੋਲ ਕੁਛ ਸੁਣ ਨਾ ਨਹੀਂ, ਹਾਂਜੀ ਤੇਰੇ ਮੇਰੀ ਗੱਲ ਸੁਣ ਨਾ, ਇਹ ਤੇ ਮਾੜੀ ਜੀ ਵੀ ਮੇਰੇ 'ਚ ਗੁੱਸਾ ਰੋਬ ਹੁੰਦਾ ਨਾ, ਕਿਤੇ ਜੀ ਮੇਰੇ 'ਚ ਇੱਥੇ ਤੇਰੀ ਮੇਰੀ ਲੜਾਈ ਹੋਈ ਹੋਈ ਸੀ, ਅਤੇ ਮਾੜੀ ਜੀ ਵੀ ਤੇਰੇ 'ਚ ਸ਼ਰਮ ਹੁੰਦੀ ਨਾ, ਤੇਰੇ ਤਾਂ ਥੋੜ੍ਹੀ ਜਿਹੀ ਵੀ ਸ਼ਰਮ ਹੁੰਦੀ ਨਾ, ਅਤੇ ਤੂੰ ਇੰਨਾ ਉੱਥੇ ਤੁਰ ਪੈਣਾ ਸੀ, ਕਹਿਣਾ ਸੀ ਇਹ ਮੇਰੀ ਬੂਟੀ ਨਹੀਂ ਖਾਂਦੀ, ਮੈਂ ਕੜਾਹੀ ਖਵਾਉਣਾ, ਮੈਂ ਨਹੀਂ ਖਵਾਉਣੀ ਤੈਨੂੰ ਕੜਾਹੀ, ਬਸ ਤੂੰ ਮਾਰ ਕਰ ਰਿਹਾ, ਨਹੀਂ ਮਾਰ ਕਰਦੀ ਬਸ, ਨਹੀਂ ਤਾਂ ਮੈਂ ਮਾਰਾਂਗਾ ਤੈਨੂੰ, ਹੁਣ ਨਹੀਂ ਕੀ ਤੇਰੇ ਮੂੰਹ 'ਚ ਜਾਂਦਾ ਨਹੀਂ, ਆਪਣੇ ਪਿਓ ਨੂੰ ਕਹਿੰਦੀ ਜੰਮ ਲੈਂਦੇ ਮੈਨੂੰ ਧੋ ਕੇ ਵਿਆਹ ਲਾਉਂਦਾ ਮੇਰੇ ਵਿਆਹ, ਹਾਂ ਮੌਕਾ ਹੀ ਹੋਵੇ ਤੁਹਾਡਾ ਕੰਜਾ ਖਾਣਾ ਤੇ ਚਲੀਏ, ਹਾਲੇ ਖਾਣਾ ਵਾ ਬਾੜਾ ਤੇ ਪੀਣੀ, ਬੋਤਲ ਪੀਣੀ, ਹਾਂ ਬੋਤਲ ਪਿਆ ਦਿਓ ਮੈਨੂੰ, ਜਾ ਬੋਤਲ ਪਿਆ, ਬੋਤਲ ਪੀਣੀ, ਹਾਂ ਇੱਕ ਬੋਤਲ ਲੈਣਾ ਭਾਈ, ਸਟਿੰਗ ਮਾੜਾ ਸਟਿੰਗ, ਉਹ ਕਹਿੰਦੇ ਨਾ ਸਟਿੰਗ ਕੌਣ ਪੀਂਦਾ, ਇੱਥੇ ਕੋਕ ਮਿਲਦੀ ਹੈ ਜਾਂ ਸਪਰਾਈਟ ਮਿਲਦੀ ਆ, ਮੈਂ ਸਟਿੰਗ ਹੀ ਪੀਣੀ, ਸਟਿੰਗ ਨਹੀਂ ਆਈ ਮੈਨੂੰ ਨਹੀਂ ਪਤਾ, ਤੇ ਜਿਹੜੇ ਜਿਹੜੇ ਸ਼ਹਿਰ ਮੈਂ ਮੰਗੀ ਜਾਂਦੀ ਆ ਉਹ ਸ਼ਹਿਰ ਤੁਹਾਨੂੰ ਤੜੇ ਨਹੀਂ ਖਾਂਦੀ ਮੇਰੀ ਤੇ ਜਾਨ ਬੜੀ ਖਾਂਦੀ ਹੈ, ਇਹ ਕਿਉਂ ਨੀ ਤੇਰੇ ਕੋਲ ਖਾਦਾ ਜਾਂਦਾ, ਇਹ ਕਿਉਂ ਨੀ ਤੇਰੇ ਕੋਲ ਖਾਦਾ ਜਾਂਦਾ, ਆਹ ਤੇ ਉੱਠ ਕੇ ਤੁਰ ਪੋ ਕੌਰ ਤੈਨੂੰ ਨੱਚੇ ਨਾ ਦੇ, ਮੈਂ ਤੈਨੂੰ ਕਿੰਨੀ ਵਾਰੀ ਗਿਆ ਬਾਹਰ ਮੇਰੇ ਮੇਰੇ ਨਾ ਮੂੰਹ ਕੁਛ ਸੁਣ, ਮੈਂ ਆਪਣੇ ਨਹੀਂ ਪਾਈ ਮੁਰਗੀ ਫਸੀ ਹੋਈ ਤੇ ਫਸੀ ਰਵੇ ਨਾ ਨਾ ਮੈਂ ਆਪ ਕੋ ਸੁਣ ਨਾ ਲੰਨਾ ਤੇਰੇ ਨਾ ਇੱਕ ਘੁੱਟ ਲਵਾ ਮੈਨੂੰ, ਉਹ ਮੈਨੂੰ ਮੇਰੇ ਨਾਨ ਐਸੇ ਮੈਨੂੰ ਇੱਕ ਘੁੱਟ ਲਵਾ ਦੇ, ਲਵਾਉਂਦੀ ਕਿਉਂ ਨਹੀਂ ਫਸੇ ਰਹਿੰਦੇ ਨੂੰ, ਪਾ ਦੇਖ ਮੈਂ ਨਾ ਤੈਨੂੰ ਸੱਚੀ ਪੁੱਛੀ ਇੱਕ ਗੱਲ, ਮੁਰਗੀ ਫਸੀ ਹੈ ਨਜ਼ਰੀ ਬੰਦੇ ਵੇਖਦੇ ਪਏ ਨੇ ਮੇਰੇ ਕੋਲ ਚਪੇੜਾਂ ਵੱਜ ਨਹੀਂ ਬਾਜ਼ਾਰ 'ਚ, ਬੰਦੇ ਵੇਖਦੇ ਪਏ ਨੇ ਇਹ ਨਾ ਹੋਵੇ ਇੱਥੇ ਪੁਲਿਸਾਂ ਆ ਜਾਣਾ, ਮੈਂ ਤੇਰਾ ਸਿਰ ਫਾੜ ਦੇਣਾ, ਇਹ ਚੱਕ ਕੇ ਇਹ ਬੋਤਲ ਬੋਤਲ ਨਵਾਈ ਮੈਂ ਤੈਨੂੰ ਕਹਿਣ ਡਿਆ, ਕੀ ਸੋਚਣਗੇ ਮੈਂ ਰੰਗ ਨਹੀਂ, ਉਹਨੇ ਤੈਨੂੰ ਅੱਖਾਂ ਵਿਖਾਉਣ ਦਾ ਅਸਰ ਹੁੰਦਾ ਨਾ, ਤੈਨੂੰ ਛਿੱਪੀਆਂ ਦੇਣ ਦਾ ਹੁੰਦਾ, ਤੈਨੂੰ ਬੋਤਲ ਵਿਖਾਉਣ ਦਾ ਅਸਰ ਕਾਹਦਾ ਹੁੰਦਾ ਤੈਨੂੰ, ਬੋਤਲ ਦੇ ਮੈਨੂੰ ਮੈਂ ਤੈਨੂੰ ਕਹਿੰਦਾ ਬੋਤਲ ਦੇ ਮੈਨੂੰ।